हाँ जी, सत श्री अकाल जी, सलाम जी, नमस्ते जी सारिआं नूं। अज दिवाली का दिहाड़ा है ते सारिआं नूं मेरे वल्लों दिवाली दीआं ढेर सारिआं मुबारकां। ते इह दिन जिहड़ा दिवाली का है ते तुहाडे सारिआं लई खुशियां भरा आवे। सो शुरू करदे आं अज दी वीडियो दी। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੀਵਾਲੀ ਹੈ ਅਤੇ ਖੁਸ਼ੀ ਵਾਲਾ ਦਿਨ ਹੈ। ਇਹ ਦਿਨ ਕਿਉਂ ਮਨਾਇਆ ਜਾਂਦਾ? ਇਸ ਦਿਨ ਦਾ ਸੰਬੰਧ ਸਾਡੇ ਭਾਰਤ ਵਾਸੀਆਂ ਦੇ ਇਤਿਹਾਸ ਜਾਂ ਮਿਥਿਹਾਸ ਨਾਲ ਜੁੜਿਆ ਹੋਇਆ ਹੈ, ਕਿਉਂਕਿ ਇਤਿਹਾਸ ਵੀ ਹੁੰਦਾ ਹੈ ਅਤੇ ਮਿਥਿਹਾਸ ਵੀ ਹੁੰਦਾ ਹੈ। ਜਿੱਥੇ ਧਰਮ ਦੀ ਗੱਲ ਆਉਂਦੀ ਹੈ ਉੱਥੇ ਮਿਥਿਹਾਸ ਵੀ ਜ਼ਰੂਰੀ ਹੈ। इतिहास तो चलो है ही। कहा जाता भी इस दिन भगवान श्री राम, सीता ते लक्ष्मण ये लंका फतेह करन तो बाद ते 14 साल दे वनवास तो बाद अयोध्या नगरी आए सी। इस दिन ते आंदिया नूं ਹਨੇਰਾ ਹੋ ਗਿਆ ਸੀ। ਹਨੇਰਾ ਹੋਣ ਕਰਕੇ ਫਿਰ ਆਲੇ ਦੁਆਲੇ ਜਿੰਨੇ ਵੀ ਲੋਕ ਸੀਗੇ ਅਯੁੱਧਿਆ ਦੇ ਨੇੜੇ ਤੇੜੇ ਜਾਂ ਅਯੁੱਧਿਆ ਦੇ, ਉਨੀ ਰਸਤਾ ਦਿਖਾਉਣ ਲਈ ਦੀਵੇ ਵਾਲੇ ਸੀ ਘਿਓ ਦੇ, ਅਤੇ ਉਸ ਟਾਈਮ ਤੋਂ ਹੀ ਘਿਓ ਦੇ ਦੀਵੇ ਵਾਲੇ ਜਾ ਰਹੇ ਆ ਅਤੇ ਦੀਵਾਲੀ ਉਸ ਟਾਈਮ ਤੋਂ ਹੀ ਮਨਾਈ ਜਾ ਰਹੀ ਹੈ। ਅਤੇ ਸਿੱਖ ਇਤਿਹਾਸ ਦੇ ਨਾਲ ਸੰਬੰਧ ਹੈਗਾ ਗੁਰੂ ਹਰਗੋਬਿੰਦ ਜੀ ਦਾ। ਉਨੀ ਗਵਾਲੀਅਰ ਦੇ ਕਿਲੇ 'ਚੋਂ 52 ਪਹਾੜੀ ਰਾਜਿਆਂ ਨੂੰ ਰਿਹਾ ਕਰਾਇਆ ਸੀ ਆਪਣੇ ਨਾਲ, ਅਤੇ ਇਸ ਦਿਵਸ ਨੂੰ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਵਸ ਵੀ ਕਹਿੰਦੇ ਆ। ਅਤੇ ਬਾਕੀ ਰਹੀ ਗੱਲ ਪਟਾਕਿਆਂ ਦੀ, ਪਟਾਕਿਆਂ ਦਾ ਨਹੀਂ ਮੈਨੂੰ ਪਤਾ ਕਦ ਤੋਂ ਸ਼ੁਰੂ ਹੋਏ ਆ, ਕਿਉਂਕਿ ਪਹਿਲਾਂ ਤਾਂ ਬਰੂਦ ਦੀ ਖੋਜ ਤਾਂ ਚਾਈਨਾ 'ਚ ਹੋਈ ਆ। ਜਦਾਂ ਪਟਾਕਿਆਂ ਦੇ ਵਿੱਚ ਜਿਹੜਾ ਵਰਤੋਂਦਾ ਮਸਾਲਾ ਇਹ ਪਹਿਲਾਂ ਨਹੀਂ ਸੀ ਹੁੰਦਾ, ਅਤੇ ਇਹਦੀ ਖੋਜ ਤਾਂ ਚਾਈਨਾ ਤੋਂ ਹੋ ਕੇ ਫਿਰ ਹੁੰਦੀ ਹੁੰਦੀ ਆ ਕੇ ਮੇਰਾ ਖਿਆਲ ਬਾਅਦ ਵਿੱਚ ਆਈ ਇੰਡੀਆ ਦੇ ਵਿੱਚ। ਇਹ ਪਟਾਕੇ ਵਾਲਾ ਸਿਸਟਮ ਤਾਂ ਮੇਰੇ ਹਿਸਾਬ ਨਾਲ ਬਾਅਦ ਵਿੱਚ ਸ਼ੁਰੂ ਹੋਏਗਾ। ਲੋਕਾਂ ਨੂੰ ਖੁਸ਼ੀ ਹੁੰਦੀ ਹੈ ਜਦ ਪਟਾਕੇ ਵੱਜਦੇ ਆ, ਬੱਚਿਆਂ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ। ਅਤੇ ਇਹ ਫਿਰ ਥੋੜ੍ਹਾ ਜਿਹਾ ਵਪਾਰੀ ਵਰਗ ਨਾਲ ਜੁੜ ਗਿਆ, ਇਹਦੇ ਨਾਲ ਪੈਸੇ ਪੂਸੇ ਸੋਹਣੇ ਬਣ ਜਾਂਦੇ ਆ, ਕਿਉਂਕਿ ਜੋ ਪਟਾਕੇ ਦਾ ਰੇਟ ਹੁੰਦਾ ਆ ਆਮ ਉਹ ਨਾਲੋਂ 4-5 ਗੁਣਾ ਮਹਿੰਗੇ ਹੀ ਵਿਕਦੇ ਆ। ਦੀਵਾਲੀ ਨੂੰ ਕਮਾਈ ਦਾ ਸਾਧਨ ਹੋ ਜਾਂਦਾ। ਅਤੇ ਪਟਾਕਿਆਂ ਬਾਰੇ ਨਹੀਂ ਮੈਂ ਕੁਛ ਵੀ ਦੱਸ ਸਕਦਾ, ਪਰ ਇਹ ਇੰਨਾ ਵੀ ਜਿਹੜੇ ਦੀਵੇ ਜਗਾਉਂਦੇ ਹੁੰਦੇ ਸੀ ਦੀਵਾਲੀ ਵਾਲੇ ਦਿਨ, ਉਹ ਹੁੰਦਾ ਸੀਗਾ ਵੀ ਘਰਾਂ ਦੇ ਉੱਤੇ ਦੀਵੇ ਜਗਾਉਂਦੇ ਹੁੰਦੇ ਸੀ। ਹੁਣ ਤਾਂ ਚਲੋ ਖੈਰ ਲਾਈਟਾਂ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਆ ਗਈਆਂ ਹੈ। ਚਲੋ ਇਹ ਤਾਂ ਸੀਗਾ ਸੰਖੇਪ ਜਿਹਾ ਦੀਵਾਲੀ ਦਾ ਇਤਿਹਾਸ ਮਿਥਿਹਾਸ। ਬਾਕੀ ਇੱਕ ਗੱਲ ਹੋਰ ਕਹਾਂ ਕਿ ਮੇਨ ਗੱਲ ਇਹ ਹੈ ਤਿਉਹਾਰ ਜਿਹੜਾ ਮਰਜ਼ੀ ਹੈ ਖੁਸ਼ੀਆਂ ਦੇ ਹੁੰਦੇ ਆ ਤਿਉਹਾਰ, ਦੀਵਾਲੀ ਖਾਸ ਕਰ ਖੁਸ਼ੀਆਂ ਦਾ ਤਿਉਹਾਰ ਹੈ। ਅਤੇ ਤੁਹਾਨੂੰ ਜਿਸ ਚੀਜ਼ 'ਚ ਜ਼ਿਆਦਾ ਖੁਸ਼ੀ ਹੁੰਦੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ। ਚਲੋ ਦੇਖਦੇ ਹਾਂ ਅੱਜ ਸਾਡੇ ਘਰ ਕੀ ਬਣਾਇਆ ਆ। ਵੈਸੇ ਮੈਂ ਤੁਹਾਨੂੰ ਮਠਿਆਈਆਂ ਜਿਹੜੀਆਂ ਬਣਾਈਆਂ ਆ ਘਰ ਬਣਾਈਆਂ ਉਹਦੇ ਮੜ ਜਾ ਕਲਿੱਪ ਦਿਖਾ ਦਿੰਦਾ, ਅਤੇ ਬਾਕੀ ਤੁਹਾਨੂੰ ਟੇਸਟ ਤਾਂ ਕਰਾ ਨਹੀਂ ਸਕਦਾ, ਪਰ ਅਸੀਂ ਘਰ ਹੀ ਬਣਾਈਆਂ ਆ ਕਿਉਂਕਿ ਅਸੀਂ ਬਾਹਰ ਵਾਲੀ ਬਹੁਤ ਘੱਟ ਪਹਿਲਾਂ ਵੀ ਅਵੋਇਡ ਹੀ ਕਰਦੇ ਹੁੰਦੇ ਹਾਂ, ਅਤੇ ਦੀਵਾਲੀ ਵਾਲੇ ਦਿਨ ਖਾਸ ਕਰਕੇ ਇਹਨਾਂ ਦਿਨਾਂ 'ਚ, ਕਿਉਂਕਿ ਲੋਕ ਹਟਦੇ ਨਹੀਂ ਹੈਗੇ ਨਕਲੀ ਮਠਿਆਈਆਂ ਬਣਾਉਣ ਤੋਂ, ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਆ, ਇਸ ਕਰਕੇ ਬਚਣਾ ਜ਼ਰੂਰੀ ਆ। ਅਤੇ ਹੁਣ ਘਰ ਦੇ ਕਈ ਕੁਛ ਨਮਕੀਨ ਕੁਛ ਚੀਜ਼ਾਂ ਬਣਾ ਰਹੇ ਆ, ਅਤੇ ਮਠਿਆਈ ਵਾਲਾ ਹੋ ਗਿਆ ਕੰਮ। ਪਹਿਲਾਂ ਵੀ ਮੈਂ ਵੀਡੀਓ ਪਾਈਆਂ ਸੀ ਆਪਣੇ ਚੈਨਲ 'ਤੇ, ਅਤੇ ਬਾਕੀ ਥੋੜ੍ਹੇ ਜਿਹਾ ਤੁਹਾਨੂੰ ਕਲਿੱਪ 2-3 ਦਿਖਾਲਦਾ ਵੀ ਕਿਆ ਕਿਆ ਬਣਾਇਆ ਆ। ਦੇਸੀ ਜਾਂ ਮਠਿਆਈਆਂ ਬਣਾਈਆਂ ਆ, ਬਰਫੀ ਹੋ ਗਈ, ਬੇਸਣ ਹੋ ਗਿਆ,
लड्डू होगा, इदां दी चीज़ा ही बनाईया है, कोई फैंसी आइटम नहीं अजे बनाई। चलो चलते हैं। आ बनाए है कि हाँ सूजी और नारियल के लड्डू। यदि तुसी रेसिपी देख सकते हो मेरे दूजे चैनल पे ते कुकिंग वाले ते। ए बर्फी है ठीक है जी। ते आ बनाया हैगा जी बेसन। बेसन भी तुसी मेरे चैनल ते दूजे ते कुकिंग वाले ते देख सकते हो इहदी रेसिपी। गुड़ वाला भी हैगा ते खंड बूरे वाला बेसन भी, उहदी भी रेसिपी हैगी। बहुत वधिया टेस्टी बनया बेसन। ਇਹ ਸੀਗੀਆਂ ਮਠਿਆਈਆਂ ਤੇ ਇਹ ਹੁਣ ਥੋੜ੍ਹ ਥੋੜ੍ਹੀਆਂ ਬਣਾਈਆਂ ਆ, ਜ਼ਿਆਦਾ ਨਹੀਂ ਜਿੰਨੀ ਕਿ ਸਾਨੂੰ ਜ਼ਰੂਰਤ ਹੈ। ਠੀਕ ਹੈ ਜੀ, ਦੂਜੇ ਪਾਸੇ ਹੁਣ ਪਕੌੜੇ ਬਣ ਰਹੇ ਆ। ਬਾਕੀ ਹਜੇ ਮੈਨੂੰ ਚੀਜ਼ਾਂ ਦਾ ਪਤਾ ਨਹੀਂ ਹੈਗਾ ਕਿਆ ਕਿਆ ਤਿਆਰੀ ਕੀਤੀ ਉਹ ਘਰਦਿਆਂ ਨੇ। ਕੱਟਿਆ ਕੁੱਟ ਕੱਟ ਕੁੱਟ ਕੇ ਤਾਂ ਬਹੁਤ ਕੁਛ ਰੱਖਿਆ ਹੋਇਆ ਸੀਗਾ। ਤਾਂ ਚੱਲਦੇ ਹਾਂ ਉੱਧਰ ਨੂੰ ਚੱਲਦੇ ਹਾਂ। ਇੱਕ ਮਿੰਟ ਲਾਈਟ ਬੰਦ ਕਰ ਲੈਣ ਦਿਓ। क्या बन रहा? बनाया कुछ? पतौड़। पतौड़ पतौड़, वाह भाई वाह। कादे बनाई है? मिक्स मिक्स ही बनाई है ना सारे एक जगह ही? आलू गोभी गाजर, सॉरी ते थोन पता ही नहीं लगता केड़े खाइए केड़े छड़िए, मैं सारा कुछ विच ही खाता। ठीक है, आलू गोभी प्याज सारा कुछ है ना मिक्स? शिमला मिर्च भी? हांजी पकौड़े बिलकुल तैयार हो रहे है। बस असी हुण खाण दी तैयारी है, तुहानू थोड़े थोड़े खा के दिखाड़ांगे। सारे थोड़े दिखाने है। लो जी तैयार हो गए हैं। बन गए पकौड़े, मैं एक टेस्ट करके दाना। वाह वाह। बहुत वधिया बने। लून मिर्च ठीक है ना? तो मिर्च मिर्च भी बराबर है, बहुत वधिया तरीका। कितना पता नहीं, मैनू तो ठीक लगती है मिर्च। ठीक है मिर्च लवी, मैं तो हो गया परसेन। नहीं इन मिर्चा नहीं है, सॉस भी है, सॉस मिर्चा वाला। आप पकौड़े सोने खा लाए हैं, पकौड़े वधिया बने। चार चू बिजने थले जाने क्या? बस आ जा पकौड़े खा ले। बस आ गई कि पकौड़े आ गए? बस आ गई कहती है। क्या बना के देंगे क्या? बस अच्छा अच्छा चाह तो बना रहे हो? आहो चाह चाह पीनी है? नहीं थोड़ी ठहर के पी लेने। पकौड़े दसो कितना दे लगे थानू? पकौड़े मिठे? नमक घट है? मिठा घट। लो भाई पकौड़े थले करन लई चाह पी रहे हैं। चाह चू पी के फिर मैं तो लम्मा पैन लगा, थोड़ा आराम कर लीए थोड़ा जिहा। दुपहरा हो जा फिर देखते शाम नूं किदां दियां रहनियां रौनकां दिवाली दियां।
ਅੱਜ ਮੈਂ ਹੈਗਾ ਬਿਲਕੁਲ ਫਰੀ ਫਰੀ ਆਫ ਮਾਈਂਡ ਅਤੇ ਪਕੌੜੇ ਖਾਧੇ ਰੱਜ ਕੇ ਰੋਟੀ ਰੋਟੀ ਖਾਧੀ ਨਹੀਂ ਦੁਪਹਿਰ ਦੀ। ਅੱਜ ਕੱਲ੍ਹ ਦੇ ਬੱਚੇ ਪੁੱਛਦੇ ਆ ਸਾਨੂੰ, ਮੇਰੀ ਬੇਟੀ ਵੀ ਪੁੱਛਦੀ ਵੀ ਤੁਸੀਂ ਕਿੱਦਾਂ ਦਿਵਾਲੀ ਮਨਾਉਂਦੇ ਹੁੰਦੇ ਸੀ। ਦੇਖੋ ਜੀ, ਅਸੀਂ ਜਦ ਬਚਪਨ 'ਚ ਹੁੰਦੇ ਸੀ, ਮੈਂ ਤੁਹਾਨੂੰ ਵੀ ਦੱਸ ਦਿੰਦਾ, ਅਤੇ ਸਾਡਾ ਵੈਸੇ ਉਸ ਟਾਈਮ ਹੁੰਦਾ ਸੀਗਾ ਵੀ ਮੇਨ ਜਿਹੜਾ ਬੱਚੇ ਵਾਲਾ ਦਿਮਾਗ ਹੁੰਦਾ ਸੀ ਪਟਾਕੇ, ਮੇਨ ਪਟਾਕੇ ਹੁੰਦੇ ਸੀ। ਪਿਸਤੌਲ ਨਹੀਂ ਸੀ ਹੁੰਦਾ, ਪਿਸਤੌਲ ਦੇ ਵਿੱਚ ਪਟਾਕੇ ਇੱਦਾਂ ਰਾਊਂਡ ਜਿਹਾ ਪਾ ਕੇ ਵਜਾਈ ਜਾਣੇ, ਉਹ ਨਹੀਂ ਮੁੱਕਣੇ। ਜਾਂ ਇੱਕ ਛੋਟੀ ਜਿਹੀ ਡੱਬੀ ਜਿਹੀ ਆਉਂਦੀ ਹੁੰਦੀ ਸੀ ਗੱਤੇ ਦੀ, ਉਹਦੇ ਵਿੱਚ ਇਕੱਲਾ ਇਕੱਲਾ ਪਟਾਕਾ ਹੁੰਦਾ ਸੀ, ਉਹ ਇਕੱਲਾ ਇਕੱਲਾ ਰੱਖ ਕੇ ਵੀ ਪਿਸਤੌਲ 'ਚ ਵਜਾਉਂਦੇ ਹੁੰਦੇ ਸੀ। ਜਾਂ ਜੇ ਪਿਸਤੌਲ ਟੁੱਟ ਜਾਣਾ ਕਈ ਵਾਰੀ ਧੁੱਪ ਥੱਲੇ ਰੱਖ ਕੇ ਉਹ ਫਰਸ਼ 'ਤੇ ਇੱਟ ਨਾਲੇ ਵਜਾਈ ਜਾਣੇ ਆ, ਉਹੀ ਵਜਾਈ ਜਾਣੇ ਆ, ਉਹ ਮੁੱਕਣੇ ਹੀ ਨਹੀਂ। ਜਾਂ ਉਹ ਸੱਪਾਂ ਵਾਲੀਆਂ ਗੋਲੀਆਂ ਜਿਹੀਆਂ ਹੁੰਦੀਆਂ ਸੀਆਂ, ਉਹਨੂੰ ਅੱਗ ਲਾ ਦੇਣੀ, ਉਹ ਸੱਪ ਨਿਕਲਦੇ ਜਾਂ ਦੇਖੀ ਜਾਣੇ ਆ। ਹੋਰ ਬਿਜਲੀ ਪਟਾਕੇ ਹੋ ਗਏ, ਗੱਠਾ ਪਟਾਕਾ ਹੋ ਗਿਆ, ਹੋਰ ਮੈਨੂੰ ਹੁਣ ਚੇਤਾ ਨਹੀਂ ਕਈ ਕੁਛ ਆਉਂਦਾ ਹੁੰਦਾ ਸੀ। ਚੱਕੀਆਂ ਚੁੱਕੀਆਂ ਤਾਂ ਚਲੋ ਹੁਣ ਵੀ ਚੱਲਦੀਆਂ, ਪਰ ਇੱਦਾਂ ਦੇ ਪਟਾਕੇ ਤਕਰੀਬਨ ਹੁਣ ਬੰਦ ਹੋ ਗਏ ਆ। ਸਾਡਾ ਸ਼ੌਂਕ ਇਹੀ ਹੁੰਦਾ ਸੀਗਾ, ਅਤੇ ਬਾਕੀ ਘਰ 'ਚ ਉਸ ਟਾਈਮ ਵੀ ਦੱਸਾਂ ਨਾ ਤੁਹਾਨੂੰ ਪੁਰਾਣੇ ਟਾਈਮ ਦੀ ਗੱਲ, ਉਸ ਟਾਈਮ ਵੀ ਘਰ ਦੇ ਵਿੱਚ ਹੀ ਸਮਾਨ ਤਿਆਰ ਹੁੰਦਾ ਹੁੰਦਾ ਸੀ। ਬਾਅਦ ਵਿੱਚ ਇਹੋ ਨਵਾਂ ਫੈਸ਼ਨ ਚੱਲਿਆ ਮਠਿਆਈਆਂ ਲੈ ਕੇ ਦੁਕਾਨਾਂ ਤੋਂ ਖਰੀਦ ਕੇ, ਹੁਣ ਤਾਂ ਲੋਕ ਪਕੌੜੇ ਵੀ ਘਰੇ ਨਹੀਂ ਬਣਾਉਂਦੇ, ਪਕੌੜੇ ਵੀ ਬਾਹਰੋਂ ਬਣੇ ਬਣਾਏ ਲਿਆਉਂਦੇ ਆ। ਵਿੱਚ ਜਾਏ ਚੱਲਦਾ ਰਿਹਾ, ਪਰ ਅਸੀਂ ਹੁਣ ਦੁਬਾਰਾ ਤਾਂ ਫਿਰ ਘਰੇ ਬਣਾਉਣਾ ਸ਼ੁਰੂ ਕੀਤਾ ਆ। ਸਾਡੀ ਦਾਦੀ ਬਣਾਉਂਦੀ ਹੁੰਦੀ ਸੀ ਘਰੇ ਬੇਸਣ ਕਈ ਕੁਛ ਬਣਾਉਣਾ, ਉਹਨੇ ਦੁਬਾਰਾ ਫਿਰ ਅੱਜ ਹੁਣ ਤੁਸੀਂ ਦੇਖਿਆ ਹੀ ਹੈ ਕਿਆ ਕਿਆ ਬਣਾਇਆ, ਠੀਕ ਹੈ ਨਾ। ਅਤੇ ਇਹ ਪਹਿਲਾਂ ਵਾਲੀਆਂ ਦਿਵਾਲੀਆਂ ਹੁੰਦੀਆਂ ਸੀ, ਜਦ ਖਰਚਾ ਨਹੀਂ ਸੀ ਐਡਾ ਹੁੰਦਾ, ਹੁਣ ਤਾਂ ਖਰਚਾ ਹੀ ਬਹੁਤ ਹੋ ਜਾਂਦਾ। ਜੇ ਤੁਸੀਂ ਦਿਵਾਲੀ ਬਹੁਤ ਬੜੇ ਲੈਵਲ 'ਤੇ ਮਨਾਉਣੀ ਹੈ ਤਾਂ ਬਹੁਤ ਖਰਚਾ ਹੈ, ਕਿਉਂਕਿ ਪਟਾਕੇ ਬਹੁਤ ਮਹਿੰਗੇ ਹੈ, ਹਰੇਕ ਚੀਜ਼ ਮਹਿੰਗੀ ਹੈ। ਵੈਸੇ ਬੰਦਾ ਸਸਤੀ ਚੀਜ਼ ਨਾਲ ਵੀ ਖੁਸ਼ੀ ਹੋ ਸਕਦੀ ਹੈ, ਜੇ ਤੁਸੀਂ ਆਪਣੇ ਘਰੇ ਬਣਾਓ ਤਾਂ ਤੁਹਾਨੂੰ ਖੁਸ਼ੀ ਆਪ ਬਣਾ ਕੇ, ਜਿਹੜਾ ਖਿਲਾਉਣ 'ਚ ਖੁਸ਼ੀ ਹੁੰਦੀ ਆਪ ਬਣਾ ਕੇ ਤਿਆਰ ਕਰਕੇ, ਆਪਸ ਦੇ ਵਿੱਚ ਮਤਲਬ ਪਰਿਵਾਰਕ ਮੈਂਬਰ ਇਕੱਠੇ ਬੈਠ ਕੇ ਖਾਂਦੇ ਆ, ਉਹਦੇ ਵਰਗੀ ਖੁਸ਼ੀ ਕੋਈ ਨਹੀਂ ਹੈਗੀ। ਮਤਲਬ ਇਹੀ ਹੁੰਦਾ ਆ ਦਿਵਾਲੀ ਦਾ, ਹੁਣ ਮਕਸਦ ਤਾਂ ਇਹੀ ਆ ਫੈਸਟੀਵਲ ਦਾ ਕਿਸੇ ਦਾ ਵੀ, ਤੁਸੀਂ ਪਰਿਵਾਰ ਇਕੱਠੇ ਬੈਠ ਕੇ ਆਪਸ 'ਚ ਗੱਲਬਾਤ ਕਰੋ, ਖਾਓ ਪੀਓ ਜੋ ਕੁਛ ਬਣਾਇਆ ਹੈ, ਠੀਕ ਹੈ। ਦੱਸ ਇਹ ਅਤੇ ਬਾਕੀ ਚਲੋ ਮਿਲਦੇ ਹਾਂ ਸ਼ਾਮ ਦੇ ਟਾਈਮ ਦੀ ਦਿਵਾਲੀ, ਮੈਂ ਫਿਰ ਹੋਰ ਵੀਡੀਓ ਬਣਾਊਂਗਾ, ਉਹ ਕੱਲ੍ਹ ਪੋਸਟ ਕਰਨੀ ਆ, ਮੈਂ ਹੁਣੇ ਕਰ ਦੇਣੀ ਪੋਸਟ, ਠੀਕ ਹੈ ਜੀ। ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਫਿਰ ਢੇਰ ਸਾਰੀਆਂ ਮੁਬਾਰਕਾਂ, ਅਤੇ ਇਹ ਦਿਵਾਲੀ ਤੁਹਾਡੇ ਲਈ ਇੱਕ ਨਵੀਂ ਸ਼ੁਰੂਆਤ, ਇੱਕ ਨਵਾਂ ਚਾਨਣ ਲੈ ਕੇ ਆਵੇ ਤੁਹਾਡੇ ਜੀਵਨ 'ਚ। ਮਿਲਦੇ ਹਾਂ ਅਗਲੀ ਵੀਡੀਓ 'ਚ, ਰੱਬ ਰਾਖਾ।